मूर्त न होती। जो पै करुणा निधान एक अंकार सतगुरु ते प्रसाद सच। श्री वाहिगुरु जी की फतेह है। विघ्न विनाशन होए सोया वायु सम्मान सो बेग को तार चले गुर मार्ग में सहसाई। धुंधव नाद सुनियो जय लो सब कंप उठी गन लोक लुकाई। वाहिगुरु जी का खालसा वाहिगुरु जी की। सतगुरां दी साजी नवाजी गुरु की संगत। धन गुरु गोबिंद सिंह महाराज साहब जिया का इतिहास सरवण करन वास्ते आपां गुरु दरबार विच प्राप्त होए हां। सतगुरु जी बिभौर साहब की धरती ते बराजे होए ने। सिख संगतां दर्शन कर रही हैं। श्री चौपी साहब गुरबाणी का पाठ महाराज इत्थे बैठ के उच्चारण कर रहे ने। ਇਹਨੇ ਚਿਰ ਨੂੰ ਸੰਗਤਾਂ ਨੇ ਆ ਕੇ ਦਰਸ਼ਨ ਕੀਤੇ, ਮੱਥਾ ਟੇਕਿਆ, ਬੇਨਤੀ ਕੀਤੀ। ਕਹਿਣ ਲੱਗੇ, ਸਤਿਗੁਰੂ ਕੱਲ੍ਹ ਮੋਟਾ ਨਾਮ ਦਾ ਇੱਕ ਨਗਰ ਹੈ, ਉੱਥੋਂ ਦੇ ਲੋਕਾਂ ਨੇ ਆਪ ਜੀ ਦੀ ਸੰਗਤ ਨੂੰ ਲੁੱਟਿਆ ਹੈ, ਮੰਦੇ ਬਚਨ ਵੀ ਬੋਲੇ ਹਨ। ਇਹ ਬਚਨ ਸੁਣ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਵੀਰਦਾਸ ਵਿੱਚ ਆਏ। ਸਤਿਗੁਰਾਂ ਨੇ ਖਾਲਸੇ ਨੂੰ ਉਸੇ ਵੇਲੇ ਚੜ੍ਹਾਈ ਕਰਨ ਦਾ ਹੁਕਮ ਕੀਤਾ ਹੈ। ਇਤਿਹਾਸ ਬਚਨ ਆਪਾਂ ਪਿੱਛੇ ਸਰਵਣ ਕਰਿਆ ਹੈ, ਜਿਵੇਂ ਅੱਗੇ ਮਹਾਰਾਜ ਕਿਰਪਾ ਕਰਦੇ ਆ ਉਹ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਾਯੂ ਸਮਾਨ ਸੋ ਬੇਗ ਕੋ ਧਾਰ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਘੋੜਾ ਜਿਹਦੇ ਉੱਪਰ ਮਹਾਰਾਜ ਸਵਾਰ ਨੇ, ਅਤੇ ਸਤਿਗੁਰੂ ਸਾਰੀ ਫੌਜ ਤੋਂ ਅੱਗੇ ਲੱਗੇ ਹੋਏ ਨੇ, ਅੱਗੇ ਚੱਲਦੇ ਪਏ। ਮਹਾਰਾਜ ਦਾ ਘੋੜਾ ਹਵਾ ਦੇ ਵਾਂਗ ਦੌੜਦਾ ਜਾਂਦਾ ਹੈ, ਜਿਵੇਂ ਹਵਾ ਚੱਲਦੀ ਹੈ ਨਾ ਬੜੇ ਰਫਤਾਰ ਦੇ ਨਾਲ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨੀਲਾ ਘੋੜਾ ਮੰਨ ਲਓ ਹਵਾ ਨੂੰ ਮਾਤ ਪਾਉਂਦਾ ਹੋਵੇ, ਇਸ ਤਰ੍ਹਾਂ ਮਹਾਰਾਜ ਨੇ ਆਪਣੇ ਘੋੜੇ ਨੂੰ ਦੌੜਾਇਆ ਹੈ। ਚਲੇ ਸੁਮਾਰਗ ਮੈਂ ਸਹਸਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਬੜੀ ਛੇਤੀ ਨਾਲ, ਬੜੀ ਕਾਹਲੀ ਦੇ ਨਾਲ, ਇਹ ਜਿਹੜੇ ਪਿੰਡ ਵਾਲੇ ਲੋਕਾਂ ਨੇ ਲੁੱਟਿਆ ਇਹਨਾਂ ਨੂੰ ਦੰਡ ਦੇਣ ਵਾਸਤੇ ਮਹਾਰਾਜ ਚੱਲੇ ਹਨ। ਧੁੰਦਵ ਨਾਦ ਸੁਣਿਓ ਜਹ ਲਓ ਸਭ। ਸਤਿਗੁਰੂ ਪਾਤਸ਼ਾਹ ਚੱਲੇ, ਮਹਾਰਾਜ ਦਾ ਰਣਜੀਤ ਨਗਾਰਾ ਵੱਜਦਾ ਪਿਆ ਹੈ। ਨਗਾਰੇ ਦੀ ਆਵਾਜ਼ ਜਿੱਥੋਂ ਜਿੱਥੋਂ ਤੱਕ ਜਾਂਦੀ ਹੈ, ਜਿਹੜਾ ਵੀ ਉਸ ਨਗਾਰੇ ਦੀ ਆਵਾਜ਼ ਨੂੰ ਸੁਣਦਾ ਹੈ। ਕੰਪ ਉੱਠੀ ਗਨ ਲੋਕ ਲੁਕਾਈ। ਕਹਿਣ ਲੱਗੇ ਲੋਕੀ ਕੰਬ ਗਏ, ਜਿਹਨੇ ਨਗਾਰਾ ਵੱਜਦਾ ਸੁਣਿਆ ਲੱਤਾਂ ਕੰਬਦੀਆਂ ਨੇ, ਦਿਲ ਧੜਕਦੇ ਪਏ ਨੇ, ਕਿਹਦੀ ਸ਼ਾਮਤ ਆਈ ਹੈ, ਕਿਹਦੀ ਮੌਤ ਆਈ ਹੈ, ਇਹ ਖਾਲਸਾ ਚੜ੍ਹ ਕੇ ਚੱਲਿਆ ਹੈ। ਇਸ ਤਰ੍ਹਾਂ ਕਹਿਣ ਲੱਗੇ ਡਰ ਪੈਦਾ ਹੋਇਆ ਹੈ। ਕੌਣ ਪੈ ਕੋਪ ਕਰਿਓ ਪ੍ਰਭ ਧਾਵਤ। ਲੋਕ ਜਾਣਦੇ ਪੈ, ਸੋਚਦੇ ਪੈ, ਸਤਿਗੁਰੂ ਕਦੇ ਇੰਨੇ ਵੀਰ ਰਾਸ ਵਿੱਚ ਨਹੀਂ ਆਏ, ਮਹਾਰਾਜ ਕਿਹਦੇ ਉੱਪਰ ਇੰਨੇ ਨਾਰਾਜ਼ ਹੋਏ ਨੇ, ਕਿਹਦੇ ਉੱਪਰ ਇੰਨਾ ਗੁੱਸਾ ਆਇਆ, ਜੋ ਸਤਿਗੁਰੂ ਐਸੇ ਵੀਰ ਰਾਸ ਵਿੱਚ ਚੱਲੇ ਹਨ। ਕੌਣ ਕੀ ਮ੍ਰਿਤ ਅਵੈ ਨਿਰਾਈ। ਲੋਕ ਆਖਦੇ ਕਿਹਦੀ ਮੌਤ ਨੇੜੇ ਆਈ ਹੈ, ਕਿਹਨੂੰ ਮੌਤ ਨੇ ਆਵਾਜ਼ ਮਾਰੀ ਹੈ, ਜਿਹਨੇ ਕੋਈ ਐਸਾ ਪਾਪ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੰਨੇ ਗੁੱਸੇ ਵਿੱਚ ਹਨ। ਕੋਣ ਹੈ ਚਾਹਤ ਆਪ ਕੋ ਜੀਵਨ। ਸੰਗਤਾਂ ਜਾਂ ਲੋਕ ਇਲਾਕੇ ਦੇ ਜਿਹੜੇ ਜਿਹੜੇ ਨਗਾਰਾ ਵੱਜਦਾ ਸੁਣਦੇ ਪਏ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਘੋੜੇ 'ਤੇ ਜਾਂਦਾ ਵੇਖਿਆ ਹੈ, ਮਹਾਰਾਜ ਦੇ ਲਾਲ ਨੇਤਰ ਵੇਖ ਕੇ ਲੋਕ ਆਖਦੇ, ਕਹਿਣ ਲੱਗੇ ਭਾਈ ਕੌਣ ਹੈ ਇਸ ਤਰ੍ਹਾਂ ਦਾ ਜਿਹਦੇ ਉੱਪਰ ਮਹਾਰਾਜ ਸਾਹਿਬ ਜੀਆਂ ਨੂੰ ਇੰਨਾ ਗੁੱਸਾ ਆਇਆ। ਕੀਨ ਵਿਗਾਰ ਨਹੀਂ ਸੁਧ ਪਾਈ। ਅਤੇ ਕਿਹੜਾ ਆਪਣਾ ਜੀਵਨ ਨਹੀਂ ਚਾਹੁੰਦਾ, ਕਿਹੜਾ ਚਾਹੁੰਦਾ ਹੈ ਕਿ ਮੇਰਾ ਜੀਵਨ ਖਤਮ ਹੋਵੇ, ਮੈਂ ਮਰ ਜਾਵਾਂ। ਸੋ ਬਚਨ ਕਰਦੇ ਪਏ ਕਹਿਣ ਲੱਗੇ, ਇਸ ਤਰ੍ਹਾਂ ਦਾ ਕਿਹੜਾ ਹੈ ਜਿਹਨੇ ਆਪਣਾ ਆਪ ਵਿਗਾੜ ਕੇ ਖਬਰ ਨਹੀਂ ਕੀਤੀ ਹੈ। ਜਾਤ ਸੋ ਮਾਰਗ ਛੋਰ ਤੋ ਫੰਗਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਸਤੇ 'ਤੇ ਤੁਰੇ ਜਾਂਦੇ,
नीला घोड़ा दौड़दा जांदा उपर महाराज सवार ने खालसा पंथ पिछे पिछे दौड़िया जांदा भजे हुए दौड़े हुए जा रहे ने नाल नाल बंदूकां विचों गोली चलाउंदे हन ताक परी गिरदेश मझारी पूरे पहाड़ां दे विच ताक पै गई रौला पै गया बड़ा गदर मच उठिया बड़ा डर पैदा हो गया खालसे दे चढ़ के जान करके श्री गुरु गोबिंद सिंह कुप्यो धन गुरु गोबिंद सिंह महाराज जी बड़े गुस्से विच हन मतहीन कहो किन कीन बिगारी कहन लगे हे बावरियो हे चलियो किन्ने बिगाड़ पा लिया लोग एक दूजे नूं आखदे अज गुरु गोबिंद सिंह महाराज बड़े गुस्से दे नाल जा रहे ने किदी मत मारी गई है जो गुरु गोबिंद सिंह दे नाल बिगाड़ किया है भाजत एक महा उरत्रास्त सो कहन लगे एक जाना मन दे विच डर धारण करके कहन लगे भजा जांदा दौड़िया जांदा है एक दुरैन देख दिखारी ते कहन लगे कोई लुकदा पिया कोई भजदा पिया कोई ते वेखदा भी खालसा आ गया ते खालसे दे आउण करके कोई भजा जांदा है कोई खालसे नूं नेड़े आया वेख के लुक जांदा है तेज तरैं बलपूर परैम सो कहन लगे भी इस तरीके दे नाल बहुत ज्यादा बल करके इमजात भरी प्रभु की सवारी सतगुरां दी सवारी इस तरह जा रही है महाराज घोड़े ते सवार ते इस तरह जा रहे हन बाजत दही निशान पयानत सतगुरु जीआं दा वड्डा नगारा जिस नूं रंजीत आखिया जांदा है ਉਹ ਨਗਾਰਾ ਵੱਜਦਾ ਪਿਆ ਤੇ ਮਹਾਰਾਜ ਜਾ ਰਹੇ ਹਨ ਸ਼ੋਰ ਨਿਸ਼ਾਨ ਕੋ ਚੀਰ ਦਿਓ ਅਤੇ ਇਸੇ ਤਰ੍ਹਾਂ ਕਹਿਣ ਲੱਗੇ ਜਿਹੜਾ ਨਿਸ਼ਾਨ ਮਹਾਰਾਜ ਜੀਆਂ ਦਾ ਸੋ ਉਹ ਨਿਸ਼ਾਨ ਝੂਲਦਾ ਜਾਂਦਾ ਹੈ ਖਾਲਸੇ ਦਾ ਕੇਸਰੀ ਝੰਡਾ ਕੇਸਰੀ ਨਿਸ਼ਾਨ ਅੱਗੇ ਅੱਗੇ ਝੂਲਦਾ ਜਾ ਰਿਹਾ ਹੈ ਯੋਂ ਫਰਰੇ ਫਹਿਰਾਵਤ ਹੈ ਜਮ ਸੋ ਕਹਿਣ ਲੱਗੇ ਇਸ ਤਰ੍ਹਾਂ ਫਰਰੇ ਜਿਹੜੇ ਨੇ ਝੰਡਿਆਂ ਦੇ ਝੂਲ ਰਹੇ ਹਨ ਪੌਣ ਲੱਗੇ ਘਨ ਜਾਤ ਧਿਓ ਜਿਸ ਤਰ੍ਹਾਂ ਹਵਾ ਲੱਗਣ ਦੇ ਨਾਲ ਬੱਦਲ ਉੱਡਦਾ ਕਹਿਣ ਲੱਗੇ ਇਸੇ ਤਰ੍ਹਾਂ ਹਵਾ ਲੱਗਣ ਦੇ ਨਾਲ ਖਾਲਸਾਈ ਨਿਸ਼ਾਨ ਦੇ ਫਰਰੇ ਉੱਡ ਰਹੇ ਹਨ ਪੂਰਨ ਆਏ ਉਲੰਘ ਨਦੀ ਕਹੋ ਸਤਿਗੁਰੂ ਪਾਤਸ਼ਾਹ ਜੀ ਬੜੀ ਛੇਤੀ ਨਦੀ ਨੂੰ ਪਾਰ ਕਰਕੇ ਸਤਲੁਜ ਨੂੰ ਪਾਰ ਕੀਤਾ ਹੈ ਪੈਂਡ ਬੱਡੋ ਕਲਮੋਟ ਲਿਓ ਸੋ ਕਹਿਣ ਲੱਗੇ ਵੀ ਇਹ ਜਿਹੜਾ ਪਿੰਡ ਦਾ ਨਾਮ ਹੈ ਕਲਮੋਟ ਇਹਦਾ ਲੰਮਾ ਪੈਂਡਾ ਸੀ ਪਰ ਮਹਾਰਾਜ ਦੇ ਨੀਲੇ ਘੋੜੇ ਨੇ ਲੰਮਾ ਪੈਂਡਾ ਝੱਟ ਹੀ ਮੁਕਾ ਦਿੱਤਾ ਇੰਨੀ ਰਫਤਾਰ ਦੇ ਨਾਲ ਮਹਾਰਾਜ ਨੇ ਘੋੜਾ ਦੌੜਾਇਆ ਹੈ ਕਲਮੋਟਾ ਪਿੰਡ ਹੈ ਤੇ ਦੂਰ ਭੌਰ ਸਾਹਿਬ ਤੋਂ ਪਰ ਝਾਟੀ ਕਹਿਣ ਲੱਗੇ ਵਾਟਾਂ ਪੂਰੀਆਂ ਹੋਈਆਂ ਹਨ ਔ ਚੱਕ ਹੀ ਪਹੁੰਚੇ ਤਿੰਨ ਪੈ ਤੇ ਸਤਿਗੁਰੂ ਪਾਤਸ਼ਾਹ ਜੀ ਅਚਾਨਕ ਹੀ ਜਾ ਕੇ ਦੁਸ਼ਮਣ ਦੇ ਉੱਪਰ ਪੈ ਗਏ ਹਨ ਗਿਰ ਪੈ ਚੜ ਦੇਖਣ ਦੁਰਗ ਕੀਓ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਆਪਣੀ ਫੌਜ ਨਾਲ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪਏ ਨੇ ਉਸ ਵੇਲੇ ਇਹਨਾਂ ਨੇ ਉੱਪਰ ਚੜ੍ਹ ਕੇ ਵਿਖਿਆ ਹੈ ਯੋਂ ਉਮੜਿਓ ਦਲ ਗੋਬਿੰਦ ਕੋ ਤੇ ਕੀ ਵੇਖਦੇ ਪਏ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਦਲ ਹੈ ਪੰਥ ਹੈ ਫੌਜ ਹੈ ਉਹ ਸਾਡੇ ਤੇ ਉਮੜ ਕੇ ਪੈ ਗਈ ਹੈ ਵਾਰਨ ਪਾਰ ਸੋ ਮਾਰਨ ਥਾਇਓ ਸੋ ਕਹਿਣ ਲੱਗੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਵੇਲੇ ਐਸੀ ਮਾਰ ਮਾਰਨਗੇ ਵੀ ਉਹਨਾਂ ਦੀ ਮਾਰ ਦਾ ਕੋਈ ਜਵਾਬ ਨਹੀਂ ਦਿੱਤਾ ਜਾਏ ਇਸ ਤਰ੍ਹਾਂ ਮਹਾਰਾਜ ਜੀਆਂ ਨੇ ਕਲਮੋਟ ਨਾਮ ਦਾ ਜਿਹੜਾ ਨਗਰ ਉਸ ਨੂੰ ਘੇਰਿਆ ਆਇਸ ਦੀਨ ਪ੍ਰਭੂ ਰਿਸਕੀਨ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਬੜੇ ਵੀਰ ਰਸ ਦੇ ਵਿੱਚ ਆ ਕੇ ਆਪਣੇ ਖਾਲਸੇ ਨੂੰ ਹੁਕਮ ਕੀਤਾ ਹੈ ਲਿਜੈ ਸਭ ਸ਼ੀਨ ਬਥੂ ਸਮੁੰਦਾਇਓ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹਨਾਂ ਦੇ ਕੋਲੋਂ ਸਭ ਕੁਝ ਜਿਹੜਾ ਹੈ ਉਹ ਖੋਹ ਲੈਣਾ ਕਰੋ ਇਹ ਮਹਾਰਾਜ ਜੀ ਦਾ ਹੁਕਮ ਹੋਇਆ ਖਾਲਸੇ ਨੂੰ ਕਿ ਜਿਹੜਾ ਵੀ ਤੁਹਾਡੇ ਅੱਗੇ ਅੜਦਾ ਹੈ ਜੰਗ ਕਰਦਾ ਉਸਨੂੰ ਸਜ਼ਾ ਦਿੱਤੀ ਜਾਵੇ ਅਤੇ ਇਹਨਾਂ ਦਾ ਸਾਜੋ ਸਮਾਨ ਜਿਹੜਾ ਖੋਲਿਆ ਜਾਵੇ ਸ਼੍ਰੋਣ ਵਿਖੇ ਸੁਨ ਸਿੰਘ ਰਿਸੇ ਮਨ ਤੇ ਜਦੋਂ ਮਹਾਰਾਜ ਸਾਹਿਬ ਜੀਆਂ ਦੇ ਬਚਨ ਸੁਣੇ ਖਾਲਸੇ ਨੇ ਤੇ ਖਾਲਸਾ ਤੇ ਪਹਿਲਾਂ ਹੀ ਬੜੇ ਗੁੱਸੇ ਦੇ ਵਿੱਚ ਹੈ ਸੁਣ ਕੇ ਬਚਨ ਤੇ ਕਹਿਣ ਲੱਗੇ ਫਿਰ ਤਾਏ ਪਰੇ ਗਨ ਰੌਰੇ ਉਠਾਇਓ ਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀਆਂ ਦਾ ਬਚਨ ਸੁਣ ਕੇ ਕਹਿਣ ਲੱਗੇ ਖਾਲਸਾ ਝਾਟੀ ਪੈ ਗਿਆ ਹੈ ਘੇਰ ਲਿਓ ਕਲਮੋਟ ਕੋ ਕੋਟ ਉਸੇ ਵੇਲੇ ਕਹਿਣ ਲੱਗੇ ਵੀ ਇਹ ਜਿਹੜਾ ਕਲਮੋਟ ਦਾ ਕਿਲਾ ਸੀ ਨਾ ਖਾਲਸੇ ਨੇ ਘੇਰ ਲਿਆ ਹੈ ਚਲੀ ਬਹੁਤ ਚੋਟਨ ਓਟ ਕੋ ਪਾਇਓ ਤੇ ਕਹਿਣ ਲੱਗੇ ਬਹੁਤ ਜ਼ਿਆਦੀਆਂ ਚੋਟਾਂ ਲੱਗੀਆਂ ਨਗਾਰੇ ਦੇ ਉੱਪਰ ਤੇ ਬੜਾ ਭਾਰੀ ਜੰਗ ਹੋਇਆ ਹੈ ਧਾਵਨ ਜਾਏ ਪ੍ਰਵੇਸ਼ ਪਏ ਬਹੁ ਸੋ ਜਦੋਂ ਖਾਲਸੇ ਨੇ ਮਾਰ ਮਾਰੀ ਹੈ ਤੇ ਕਹਿਣ ਲੱਗੇ ਵੀ ਇਹ ਭੱਜ ਕੇ ਲੁੱਕ ਗਏ ਆਪੋ ਆਪਣੇ ਘਰਾਂ ਦੇ ਵਿੱਚ
पर खालसे ने बड़ी मार मारी है। बहुत रास पे खल भज गए अते कहन लगे जेडे मूर्ख सन ओ डर के उस वेले भज गए हन। के तक हाथ तो फंगन लै कस कईयां ने हथा विच बंदूकां चक लईयां भी असी खालसे दा मुकाबला करदे मारत सिंघन ताक लए ते सिंघां नूं तक तक के फिर इस कलमोट दे लोकां ने बंदूक दे विचों गोलियां चलाईयां। ਬਿਭੌਰ ਸਾਹਿਬ ਤੋਂ ਕੋਈ 17-20 ਕਿਲੋਮੀਟਰ ਦੀ ਦੂਰੀ ਤੇ ਨਗਰ ਹੈ ਜਿਸ ਨੂੰ ਕਲਮੌਟ ਆਖਿਆ ਜਾਂਦਾ ਹੈ। ਸਤਿਗੁਰਾਂ ਦੇ ਨੀਲੇ ਘੋੜੇ ਨੇ ਝੱਟ ਹੀ ਇੰਨਾ ਸਫ਼ਰ ਤੈਅ ਕਰਕੇ ਮਹਾਰਾਜ ਦੀਆਂ ਨੇ ਜਾ ਕੇ ਹਮਲਾ ਕਰਵਾਇਆ ਹੈ। ਉੱਚ ਆਵਾਸਨ ਹੋਏ ਸਵਾਸ ਉਹ ਕਹਿਣ ਲੱਗੇ ਉੱਚੇ ਉੱਚੇ ਜਿਹੜੇ ਘਰ ਸਨ ਨਾ ਕਲਮੌਟ ਦੇ ਇਹ ਉੱਚਿਆਂ ਘਰਾਂ ਦੇ ਉੱਪਰ ਚਵਾਰਿਆਂ ਦੇ ਅਟਾਰੀਆਂ ਦੇ ਉੱਪਰ ਸਵਾਰ ਹੋ ਕੇ ਇਹਨਾਂ ਨੇ ਮੋਰਚੇ ਲਾ ਲਏ ਹਨ। ਚਲਾਏ ਬੰਦੂਕਾਂ ਨਕਾਏ ਕਏ ਅਤੇ ਕਹਿਣ ਲੱਗੇ ਵੀ ਬੰਦੂਕਾਂ ਚਲਾਉਂਦੇ ਪਏ ਤੇ ਨਿਸ਼ਾਨਾ ਬੰਨ ਕੇ ਕਈਆਂ ਨੂੰ ਜ਼ਖਮੀ ਕਰਦੇ ਹਨ। ਤਉ ਅਵਲੋਕ ਕਿਰਪਾਨ ਨਖੈਚ ਕੈ ਉਹ ਕਹਿਣ ਲੱਗੇ ਇਧਰੋਂ ਖਾਲਸਾ ਵੀ ਵੇਖ ਕੇ ਆਪਣੇ ਮਿਆਨ ਦੇ ਵਿੱਚੋਂ ਤਲਵਾਰ ਕੱਢ ਲੈਂਦਾ ਹੈ। ਸ਼ਤਰ ਗਵਾਰ ਸੋ ਮਰ ਦੀਏ ਜੇ ਮੂਰਖ ਜਿਹੜੇ ਸੰਗਤ ਨੂੰ ਲੁੱਟਣ ਵਾਲੇ ਕਲਮੋਟ ਨਗਰੀ ਦੇ ਜਿਹੜੇ ਲੋਕ ਸਨ ਉਹ ਮਾਰ ਮਾਰ ਕੇ ਧਰਤੀ ਤੇ ਸੁੱਟੇ ਹਨ। ਹੋਣ ਲੱਗੇ ਕਟਿਆ ਪੁਰ ਮੈਂ ਸੋ ਕਹਿਣ ਲੱਗੇ ਵੀ ਨਗਰ ਦੇ ਵਿੱਚ ਬੜੀ ਕਟਾ ਵੱਢ ਸ਼ੁਰੂ ਹੋਈ ਹੈ। ਜਿਹੜਾ ਸਾਹਮਣੇ ਆਉਂਦਾ ਉਸਦੇ ਦੋ ਹਿੱਸੇ ਹੋ ਜਾਂਦੇ ਹਨ। ਨਹਿ ਪੈਰ ਮਹਾਂ ਡਰ ਪਾਏ ਪਰ ਕਹਿਣ ਲੱਗੇ ਠਹਿਰੇ ਨਹਿ ਪੈਰ ਮਹਾਂ ਡਰ ਪਾਏ ਇਹਨਾਂ ਦੇ ਪੈਰ ਖਲੋਤੇ ਨਹੀਂ ਭਾਵੇਂ ਕਿ ਮੋਰਚੇ ਇਹਨਾਂ ਨੇ ਮੱਲ ਲਏ। ਉੱਚੀਆਂ ਅਟਾਰੀਆਂ ਵਿੱਚ ਜਾ ਕੇ ਬੰਦੂਕਾਂ ਬੀਟ ਲਈਆਂ ਨੇ ਨਿਸ਼ਾਨਾ ਚਲਾਉਂਦੇ ਨੇ ਲੜਦੇ ਨੇ ਵਾਰ ਕਰਦੇ ਨੇ ਪਰ ਖਾਲਸੇ ਨੇ ਐਸੀ ਭਾਰੀ ਮਾਰ ਮਾਰੀ ਹੈ ਕਿ ਇਹਨਾਂ ਦੇ ਪੈਰ ਕਿਤੇ ਟਿਕੇ ਨਹੀਂ ਹਨ। ਕੇਤਕ ਸਾਹਮਣੇ ਹੋਏ ਮਰੇ ਰਣ ਕੁਝ ਉਹ ਸਨ ਜਿਹੜੇ ਸਾਹਮਣੇ ਹੋ ਕੇ ਲੜੇ ਤੇ ਮਰ ਗਏ ਹਨ। ਕੇਤਕ ਕਾਤਰ ਹੋਏ ਪਲਾਏ ਕੁਝ ਉਹ ਨੇ ਜਿਹੜੇ ਡਰਪੋਕ ਨੇ ਦੌੜ ਗਏ ਜਦੋਂ ਵੇਖਿਆ ਮਾਰ ਪਈ ਹੈ ਤੇ ਭਾਈਦਿਆਂ ਨੂੰ ਰਾਹ ਨਹੀਂ ਮਿਲਿਆ। ਮਾਰ ਭਰੀ ਦੁਰਜਾਨ ਕਈ ਉੱਪਰ ਕਹਿਣ ਲੱਗੇ ਇਸ ਤਰ੍ਹਾਂ ਮੂਰਖਾਂ ਦੇ ਉੱਪਰ ਬੜੀ ਭਾਰੀ ਮਾਰ ਪਈ ਹੈ। ਘਾਇਲ ਹੋਵੇ ਧਰ ਪੈ ਤਰਫਾਏ ਕੁਝ ਜ਼ਖਮੀ ਹੋ ਕੇ ਧਰਤੀ ਦੇ ਉੱਪਰ ਤੜਫਦੇ ਪਏ ਤੇ ਡਿੱਗੇ ਪਏ ਹਨ। ਕੋ ਕਰ ਜੋਰ ਨਿਹੋਰਤ ਹੈ ਕੋਈ ਹੱਥ ਜੋੜ ਜੋੜ ਕੇ ਮਾਫ਼ੀ ਮੰਗਦਾ ਤਰਲੇ ਕਰਦਾ ਹੈ। ਮੁੱਖ ਮੋਰਤ ਹੈ ਨਾ ਘਨੇਰੇ ਪਕਾਏ ਕਹਿਣ ਲੱਗੇ ਕੁਝ ਜਿਹੜੇ ਨੇ ਆਪਣਾ ਮੁੱਖ ਮੋੜ ਕੇ ਦੌੜੇ ਜਾਂਦੇ ਭੱਜੇ ਜਾਂਦੇ ਤੇ ਕੁਝ ਮਾਫ਼ੀਆਂ ਮੰਗ ਮੰਗ ਕੇ ਆਪਣੀ ਜਾਨ ਬਚਾਉਂਦੇ ਹਨ। ਕੇਤਕ ਮਾਰ ਤੁਫੰਗਨ ਅੰਗਨ ਕਈਆਂ ਦੇ ਉੱਪਰ ਕਈਆਂ ਦੇ ਸਰੀਰ ਦੇ ਉੱਪਰ ਗੋਲੀਆਂ ਦੇ ਜਾ ਕੇ ਨਿਸ਼ਾਨ ਲੱਗੇ। ਰੰਗ ਸੁਰੰਗ ਕਰੇ ਤਤਕਾਲ ਕਈ ਜ਼ਖਮੀ ਹੋ ਗਏ ਤੇ ਖੂਨ ਡੁੱਲਿਆ ਸਰੀਰ ਦੇ ਵਿੱਚੋਂ ਤੇ ਕਹਿਣ ਲੱਗੇ ਕੱਪੜੇ ਲਾਲ ਹੋ ਗਏ ਹਨ। ਕੀਚਤ ਕੇਤਨ ਮਾਰ ਕਿਰਪਾਨਨ ਤੇ ਕਈਆਂ ਨੂੰ ਖਾਲਸੇ ਨੇ ਆਪਣੀ ਤਲਵਾਰ ਦੀ ਭੇਟ ਕੀਤਾ ਹੈ। ਗੇਰ ਲੀਏ ਕਰ ਘਾਵ ਕਰਲ ਇਸ ਤਰ੍ਹਾਂ ਦੀ ਤਲਵਾਰ ਚੱਲੀ ਹੈ ਵੀ ਬੜੇ ਭਿਆਨਕ ਜ਼ਖਮ ਲੱਗ ਗਏ ਬੜੇ ਜ਼ਖਮ ਹੋ ਗਏ ਤੇ ਕਪਾ ਕਾਪ ਉਹਦੇ ਵਿੱਚੋਂ ਖੂਨ ਡੁੱਲਦਾ ਹੈ। ਤਾਮ ਉਤੰਗਨ ਕੋ ਤਜ ਕੈ ਉਹ ਉੱਚੇ ਉੱਚੇ ਘਰਾਂ ਨੂੰ ਉਸ ਵੇਲੇ ਛੱਡ ਕੇ ਜਿਹੜੇ ਮੋਰਚਿਆਂ ਵਿੱਚ ਬੈਠੇ ਸਨ ਉੱਪਰ ਅਟਾਰੀਆਂ ਤੇ ਜਾ ਕੇ ਬੰਦੂਕ ਚਲਾਉਣ ਵਾਸਤੇ ਐਸੀ ਖਾਲਸੇ ਨੇ ਮਾਰ ਮਾਰੀ ਹੈ ਵੀ ਅਟਾਰੀਆਂ ਛੱਡ ਕੇ ਦੌੜ ਪਏ ਹਨ। ਭੱਜ ਕੇ ਸਭ ਕੋਟ ਕੋ ਓਟ ਸੰਭਾਲਾ ਭੱਜ ਭੱਜ ਕੇ ਫਿਰ ਕਿਲੇ ਦੇ ਵਿੱਚ ਵੜ ਗਏ। ਇਸ ਪਿੰਡ ਵਿੱਚ ਇਹਨਾਂ ਨੇ ਇੱਕ ਛੋਟਾ ਜਿਹਾ ਕਿਲਾ ਬਣਾਇਆ ਸੀ ਤੇ ਖਾਲਸਾ ਫੌਜ ਦੇ ਨਾਲ ਮੁਕਾਬਲਾ ਕਰਨ ਵਾਸਤੇ ਬੜੀ ਛੇਤੀ ਦੌੜ ਕੇ ਕਿਲੇ ਦੇ ਅੰਦਰ ਗਏ ਹਨ। ਬਾਹਰ ਜੇ ਤੱਕ ਜਹਰ ਥੇ ਸਭ ਜਿਹੜੇ ਬਾਹਰ ਸਨ ਅਜੇ ਕਿਲੇ ਵਿੱਚ ਨਹੀਂ ਗਏ ਜਾਂ ਗਲੀਆਂ ਬਾਜ਼ਾਰਾਂ ਵਿੱਚ ਤੁਰੇ ਫਿਰਦੇ ਸਨ। ਮਾਰ ਲਈਏ ਵੱਡ ਆਹਰ ਨਾਲਾ ਉਸ ਵੇਲੇ ਖਾਲਸੇ ਨੇ ਬੜੀ ਛੇਤੀ ਦੇ ਨਾਲ ਇਹਨਾਂ ਨੂੰ ਮਾਰ ਕੇ ਉਦਮ ਦੇ ਨਾਲ ਨਸ਼ਟ ਕੀਤਾ। ਲੂਟ ਲਈਏ ਅਰ ਕੂਟ ਦੀਏ ਬਾਹਰ ਮਿਲੇ ਲੁੱਟੇ ਵੀ ਗਏ ਤੇ ਕੁੱਟੇ ਵੀ ਗਏ ਹਨ ਖਾਲਸੇ ਦੇ ਵੱਲੋਂ। ਅਰ ਫੂਟ ਗਏ ਸਿਰ ਛੂਟ ਸੁਪਰਨ ਕਈਆਂ ਦੇ ਕਹਿ ਲਈਏ ਸਿਰ ਪਾੜ ਗਏ ਤੇ ਕਈਆਂ ਦੀ ਜਾਨ ਨਿਕਲ ਗਈ ਹੈ। ਗ੍ਰਾਮ ਕੇ ਧਾਰਨ ਸਿੰਘ ਬਰੇ ਸੋ ਕਹਿਣ ਲੱਗੇ ਗੁਰੂ ਕਾ ਖਾਲਸਾ ਇਸ ਵੇਲੇ ਪਿੰਡਾਂ ਦੀਆਂ ਗਲੀਆਂ ਵਿੱਚ ਵੜ ਗਿਆ ਹੈ। ਤਿੰਨ ਤ੍ਰੀਆਂ ਕੇ ਕਰ ਤ੍ਰਾਸ ਮਹਨ ਤੇ ਜਿਹੜੀਆਂ ਇਹਨਾਂ ਦੇ ਘਰਾਂ ਵਿੱਚ ਔਰਤਾਂ ਸਨ ਘਰਾਂ ਵਿੱਚ ਪਰਿਵਾਰ ਜਿਹੜੇ ਬੱਚੇ ਵਗੈਰਾ ਹਨ ਬਾਹਰ ਦੂਰ ਨਕਾਰ ਦਈ ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਕਹਿਣ ਲੱਗੇ ਖਾਲਸਾ ਜੀ ਇੱਕ ਤੇ ਬੱਚਿਆਂ ਨੂੰ ਕੁਝ ਨਹੀਂ ਕਹਿਣਾ ਇੱਕ ਘਰ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਕੁਝ ਨਹੀਂ ਕਹਿਣਾ ਪਰ ਜਿਨ੍ਹਾਂ ਨੇ ਸਾਡੀ ਸੰਗਤ ਨੂੰ ਲੁੱਟਿਆ ਹੈ ਉਹ ਜਿੰਨੇ ਵੀ ਇਸ ਪਿੰਡ ਦੇ ਸੂਰਮੇ ਨੇ ਦੀਵਾਨ ਨੇ ਸਾਰਿਆਂ ਨੂੰ ਬੰਨ ਲਓ ਹਮਨੇ ਲੈ ਜਾਣੋ ਪੰਥ ਉਚੇਰੇ ਮਹਾਰਾਜ ਦਾ ਬਚਨ ਹੈ ਖਾਲਸੇ ਦਾ ਕਿਰਦਾਰ ਉੱਚਾ ਲੈ ਕੇ ਜਾਣਾ ਕਿ ਪਰ ਬੇਟੀ ਕੋ ਬੇਟੀ ਜਾਣੈ ਪਰ ਮਾਤ ਕੋ ਮਾਤ ਪਛਾਣੈ ਇਹ ਰਹਿਤਨਾਮਿਆਂ ਦੇ ਬਚਨ ਸਾਡਾ ਖਾਲਸਾ ਦੁਸ਼ਮਣ ਦੀ ਬੇਟੀ ਨੂੰ ਬੇਟੀ ਜਾਣੈ ਦੁਸ਼ਮਣ ਦੀ ਮਾਂ ਨੂੰ ਮਾਂ ਜਾਣੈ
ਇਹ ਉੱਚਾ ਕਿਰਦਾਰ ਰੱਖਣਾ ਹੈ। ਜਿਹਦੇ ਨਾਲ ਵੈਰ ਹੈ ਬਦਲਾ ਉਹਦੇ ਕੋਲੋਂ ਹੀ ਲੈਣਾ ਹੈ, ਉਹਦੇ ਪਰਿਵਾਰ ਦੇ ਕੋਲੋਂ ਜਾਂ ਧੀਆਂ ਕੋਲੋਂ ਜਾਂ ਇਸਤਰੀਆਂ ਦੇ ਕੋਲੋਂ। ਕੋਈ ਇਹੋ ਜਿਹਾ ਮਾੜਾ ਕਰਮ ਨਹੀਂ ਕਰਨਾ ਜਿਹਦੇ ਨਾਲ ਖਾਲਸੇ ਦੇ ਜੀਵਨ ਨੂੰ ਦਾਗ ਲੱਗੇ। ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਜਹਾਂਗੀਰ ਪਾਤਸ਼ਾਹ ਕਹਿੰਦਾ, ਮਹਾਰਾਜ ਚੰਦੂ ਦੀਵਾਨ ਦੀ ਲੜਕੀ ਵੀ ਪਕੜ ਕੇ ਲੈ ਆਇਆ, ਘਰ ਵਾਲੀ ਵੀ ਪਕੜ ਕੇ ਲੈ ਆਉਂਦੀ ਹੈ, ਲੈ ਜਾਓ ਸਤਿਗੁਰੂ ਇਹਨਾਂ ਨੂੰ ਸਜ਼ਾ ਦਿਓ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਨਹੀਂ ਜਹਾਂਗੀਰ ਪਾਤਸ਼ਾਹ, ਅਸੀਂ ਇਹਦੀ ਬੇਟੀ ਨੂੰ ਔਰ ਇਹਦੀ ਘਰਵਾਲੀ ਨੂੰ ਕੁਝ ਨਹੀਂ ਕਵਾਂਗੇ, ਸਾਡਾ ਚੰਦੂ ਗੁਨਹਿਗਾਰ ਹੈ, ਚੰਦੂ ਨੂੰ ਹੀ ਸਜ਼ਾ ਦੇਵਾਂ। ਇਹ ਮਹਾਰਾਜ ਨੇ ਆਪਣੇ ਖਾਲਸੇ ਨੂੰ ਕਿਰਦਾਰ ਸਿਖਾਇਆ ਹੈ। ਦੁਨੀਆਂ ਦੀ ਇੱਕੋ ਇੱਕ ਐਸੀ ਫੌਜ ਹੈ ਖਾਲਸਾ, ਜਿਹੜੀ ਦੁਸ਼ਮਣ ਦੇ ਨਾਲ ਲੜਦੀ ਹੈ ਪਰ ਦੁਸ਼ਮਣ ਦੀ ਧੀ ਨੂੰ ਜਾਂ ਮਾਂ ਨੂੰ ਆਪਣੀ ਮਾਂ ਸਮਝਦੀ ਹੈ। ਖਾਲਸੇ ਤੋਂ ਬਿਨਾਂ ਜਿੰਨੀਆਂ ਵੀ ਫੌਜਾਂ ਨੇ, ਜਿੰਨੇ ਵੀ ਦੇਸ਼ਾਂ ਦੀਆਂ, ਕਿਸੇ ਵੀ ਫੌਜ ਦੀ ਹਿਸਟਰੀ ਵਿੱਚ ਇਸ ਤਰ੍ਹਾਂ ਦਾ ਇਤਿਹਾਸ ਤੁਸੀਂ ਨਹੀਂ ਪੜੋਗੇ ਕਿ ਕੋਈ ਫੌਜ ਕਿਸੇ ਦੂਜੇ ਦੇਸ਼ ਦੇ ਉੱਪਰ ਹਮਲਾ ਕਰੇ ਅਤੇ ਘਰ ਲੁੱਟਣ ਤੋਂ ਪਿੱਛੇ ਹਟ ਜਾਵੇ ਜਾਂ ਕਿਸੇ ਦੀ ਇੱਜ਼ਤ ਲੁੱਟਣ ਤੋਂ ਪਿੱਛੇ ਹਟ ਜਾਵੇ। 1984 ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਅਟੈਕ ਕੀਤਾ ਨਾ ਹਿੰਦੁਸਤਾਨ ਦੀ ਫੌਜ ਨੇ, ਅਤੇ ਜਿਹੜੇ ਲੋਕ ਅੰਮ੍ਰਿਤਸਰ ਵਿੱਚ ਰਹਿੰਦੇ ਸਨ ਉਹਨਾਂ ਨੂੰ ਬੜਾ ਸ਼ਰਮਸ਼ਾਰ ਹੋਣਾ ਪਿਆ, ਬੜੇ ਕੁਕਰਮ ਉੱਥੇ ਹੋਏ, ਜਿਹੜੀਆਂ ਗੱਲਾਂ ਕਹੀਆਂ ਨਹੀਂ ਜਾ ਸਕਦੀਆਂ, ਦੱਸੀਆਂ ਨਹੀਂ ਜਾ ਸਕਦੀਆਂ। ਐਸਾ ਵਹਿਸ਼ੀਅਤ ਦਾ ਨੰਗਾ ਨਾਚ ਫੌਜ ਵੱਲੋਂ ਉੱਥੇ ਰਚਿਆ ਗਿਆ। ਪਰ ਇੱਕ ਐਸੀ ਫੌਜ ਹੈ ਜਿਸ ਨੂੰ ਖਾਲਸਾ ਫੌਜ ਕਿਹਾ ਜਾਂਦਾ ਹੈ, ਮਹਾਰਾਜ ਨੇ ਜੀਵਨ ਐਸਾ ਬਖਸ਼ਿਆ, ਕਹਿਣ ਲੱਗੇ ਬਦਲਾ ਤਾਂ ਦੁਸ਼ਮਣ ਕੋਲੋਂ ਲੈਣਾ ਹੈ ਪਰ ਦੁਸ਼ਮਣ ਨੂੰ ਮਾਂ, ਦੁਸ਼ਮਣ ਦੀ ਮਾਂ ਭੈਣ ਜਾਂ ਧੀ ਹੈ ਉਸਨੂੰ ਆਪਣੀ ਮਾਂ ਭੈਣ ਧੀ ਜਾਣ ਕੇ ਉਸ ਦੀ ਇੱਜ਼ਤ ਦੀ ਰਾਖੀ ਕਰਨੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਹੈ, ਵਜੀਦਾ ਮਾਰਿਆ ਗਿਆ ਅਤੇ ਉਸ ਵੇਲੇ ਵਜੀਦੇ ਦੀ ਘਰਵਾਲੀ ਅਤੇ ਵਜੀਦੇ ਦੀ ਧੀ ਜਿਹੜੀ ਹੈ ਉਹ ਗ੍ਰਿਫਤਾਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਲਿਆਂਦੀ ਗਈ, ਆਪ ਜੀ ਇਹਨਾਂ ਨੂੰ ਵੀ ਸਜ਼ਾ ਦੇ। ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿਣ ਲੱਗੇ, ਨਹੀਂ ਸਾਡਾ ਵੈਰ ਵਜੀਦੇ ਨਾਲ ਹੈ, ਵਜੀਦੇ ਨੂੰ ਵਹਿੜਕਿਆਂ ਮਗਰ ਪਾ ਕੇ ਧਰੂ ਧਰੂ ਕੇ ਖਿੱਚ ਖਿੱਚ ਕੇ ਮਾਰਿਆ ਹੈ, ਅਸੀਂ ਆਪਣਾ ਬਦਲਾ ਲੈ ਲਿਆ ਪਰ ਦੁਸ਼ਮਣ ਦੀ ਧੀ, ਦੁਸ਼ਮਣ ਦੀ ਮਾਂ ਇਹ ਸਾਡੀ ਧੀ ਭੈਣ ਹੈ, ਇਹਨਾਂ ਨਾਲ ਕੋਈ ਇਸ ਤਰ੍ਹਾਂ ਦਾ ਕਰਮ ਨਹੀਂ ਹੋਵੇ। ਫਿਰ ਖਾਲਸੇ ਨੇ ਆਖਿਆ ਕੀ ਕੀਤਾ ਜਾਵੇ, ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਤ ਖਾਲਸੇ ਨੇ ਹੁਕਮ ਲਾਇਆ, ਇਹ ਮੁਸਲਮਾਨ ਲੜਕੀ ਹੈ, ਮੁਸਲਮਾਨ ਘਰ ਵੇਖ ਕੇ ਇਹਦਾ ਵਿਆਹ ਕਰਵਾ ਦਿਓ ਅਤੇ ਇਹ ਵਜੀਦੇ ਦੀ ਘਰਵਾਲੀ ਨੂੰ ਆਜ਼ਾਦ ਕੀਤਾ ਜਾਵੇ, ਇਹਨਾਂ ਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ, ਆਪਣੇ ਧਰਮ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਨ। ਇਹ ਖਾਲਸੇ ਦਾ ਕਿਰਦਾਰ ਹੈ, ਇਹ ਖਾਲਸੇ ਦਾ ਇਤਿਹਾਸ ਹੈ। ਬਚਨ ਆਪਾਂ ਇਹ ਸਰਵਣ ਕਰ ਰਹੇ ਸੀ, ਦੁਨੀਆਂ 'ਤੇ ਫੌਜਾਂ 'ਤੇ ਬੜੀਆਂ ਨੇ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਫੌਜ ਹੈ ਨਾ ਆਰਮੀ, ਖਾਲਸਾ ਫੌਜ, ਇਹਦੇ ਵਰਗੀ ਫੌਜ ਕੋਈ ਦੁਨੀਆਂ ਵਿੱਚ ਦੂਜੀ ਨਹੀਂ ਹੈ। ਐਸਾ ਕਿਰਦਾਰ, ਐਸਾ ਉੱਚਾ ਸੁੱਚਾ ਜੀਵਨ ਮਹਾਰਾਜ ਨੇ ਜਿੱਥੇ ਸੰਤ ਬਣਾਇਆ ਹੈ ਉੱਥੇ ਸਿਪਾਹੀ ਬਣਾਇਆ ਹੈ, ਜਿੱਥੇ ਸਿਪਾਹੀ ਬਣਾਇਆ ਹੈ ਉੱਥੇ ਮਹਾਰਾਜ ਨੇ ਆਪਣੇ ਖਾਲਸੇ ਨੂੰ ਸੰਤ ਵੀ ਬਣਾਇਆ ਹੈ। ਇਹ ਸੰਤ ਦੀ ਪਰਿਭਾਸ਼ਾ ਹੈ, ਇਹ ਸੰਤ ਦਾ ਜੀਵਨ ਹੈ ਕਿ ਕੁਕਰਮ ਤੋਂ ਬਚਣਾ ਹੈ, ਵਿਭਚਾਰ ਤੋਂ ਬਚਣਾ ਹੈ, ਅਤੇ ਸਿਪਾਹੀ ਦਾ ਜੀਵਨ ਇਹ ਹੈ ਕਿ ਵੈਰੀ ਨੂੰ ਸੁਧਣਾ ਹੈ। ਮਹਾਰਾਜ ਨੇ ਸੰਤ ਅਤੇ ਸਿਪਾਹੀ ਬਣਾਇਆ ਆਪਣੇ ਖਾਲਸੇ। ਜਦੋਂ ਨਗਰ ਦੇ ਵਿੱਚ ਹਮਲਾ ਕੀਤਾ ਨਾ ਅਤੇ ਘਰ ਦੇ ਵਿੱਚ ਬਹੂ ਬੇਟੀਆਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੋਇਆ, ਕਹਿਣ ਲੱਗੇ ਇਸਤਰੀਆਂ ਨੂੰ ਕੁਝ ਨਹੀਂ ਕਹਿਣਾ, ਬੱਚਿਆਂ ਨੂੰ ਕੁਝ ਨਹੀਂ ਕਹਿਣਾ, ਇਹਨਾਂ ਨੂੰ ਕਹੋ ਵੀ ਆਪੋ ਆਪਣੇ ਘਰਾਂ ਵਿੱਚੋਂ ਬਾਹਰ ਆ ਕੇ ਇੱਕ ਪਾਸੇ ਸਾਰੇ ਜਾਣੇ ਬੈਠ ਜਾਣ, ਅਤੇ ਪਰ ਜਿਨ੍ਹਾਂ ਨੇ ਸਾਡੀ ਸੰਗਤ ਨੂੰ ਲੁੱਟਿਆ ਉਹਨਾਂ ਨੂੰ ਘਰਾਂ ਵਿੱਚੋਂ ਖਿੱਚ ਖਿੱਚ ਕੇ ਬਾਹਰ ਲਿਆ, ਉਹਨਾਂ ਨੂੰ ਸਜ਼ਾ ਦਿਓ। ਜਿਨ੍ਹਾਂ ਨੇ ਸੰਗਤ ਨੂੰ ਲੁੱਟਿਆ, ਬਜ਼ੁਰਗਾਂ ਬੱਚਿਆਂ ਅਤੇ ਇਸਤਰੀਆਂ ਨੂੰ ਕੁਝ ਨਹੀਂ ਕਹਿਣਾ, ਇਹ ਮਹਾਰਾਜ ਦਾ ਹੁਕਮ ਹੋਇਆ ਹੈ। ਬਾਹਰ ਦੂਰਨ ਕਾਰ ਦਈ ਸਿਰ ਪੀਟਤ ਹੈ ਕਿਸ ਜਾਏ ਸਥਾਨਾ। ਕਹਿਣ ਲੱਗੇ ਉਹਨਾਂ ਔਰਤਾਂ ਨੂੰ ਫੜ ਕੇ ਘਰ ਵਿੱਚੋਂ ਬਾਹਰ ਕੱਢਿਆ ਵੀ ਇੱਕ ਪਾਸੇ ਜਾ ਕੇ, ਜਿੱਦਾਂ ਪਿੰਡਾਂ ਵਿੱਚ ਪੰਚਾਇਤ ਘਰ ਬਣੇ ਹੁੰਦੇ ਜਾਂ ਧਰਮਸ਼ਾਲਾ ਬਣੀਆਂ ਹੁੰਦੀਆਂ, ਜਾਓ ਜਾ ਕੇ ਸਾਰੀਆਂ ਉੱਥੇ ਬੈਠ ਜਾਓ, ਅਸੀਂ ਇਹਨਾਂ ਨੂੰ ਸਜ਼ਾ ਦੇਵਾਂਗੇ ਫਿਰ ਅਸੀਂ ਚਲੇ ਜਾਵਾਂਗੇ। ਔਰਤਾਂ ਘਰਾਂ ਵਿੱਚੋਂ ਨਿਕਲ ਕੇ ਸਾਂਝੀ ਥਾਂ 'ਤੇ ਜੋ ਧਰਮਸ਼ਾਲਾ ਵਗੈਰਾ ਬਣੀ ਹੈ ਜਾਂ ਕੋਈ ਪੰਚਾਇਤ ਘਰ ਕੋਈ ਸਾਂਝੀ ਜਗ੍ਹਾ ਬਣੀ ਹੈ ਜੰਝ ਘਰ ਵਗੈਰਾ, ਉੱਥੇ ਜਾ ਕੇ ਬੈਠ ਗਈਆਂ ਪਰ ਰੋਂਦੀਆਂ ਪਈਆਂ ਗਈਆਂ।
क्योंकि किसी का बच्चा हुण मरेगा, किसी का पति मरेगा, किसी का भरा मरेगा, इस तरह के कर्म किए सजा तो मिलेगी, रोंदियां ते पईयां अपने मरण वालियां नूं, पर इन्हां दी इज्जत दी राखी कीती है। द्योस बित्यु दिन नाथ अथियु तम, कहन लगे सारा दिन बतीत हो गया ते इस वेले रात पै गई है। उंज भयो भय दायक नाना, ते कहन लगे भी इस वेले भयो भय दायक नाना, जिहड़ा है सूज डुबण दे नाल हनेरा होण दे नाल बड़ी भयानक रात पै गई है। और उलूक सो बोल उठे गन, कहन लगे भी इत्थे बहुत ज्यादा उल्लू जिहड़े ने लागे लागे नेड़े नेड़े पहाड़ियां हन, बड़े संघने ब्रिश हन रुख हन, उन्हां ते उल्लू वगैरा बैठे हुए रात नूं बोलदे बड़े भयानक लगदे। जंबुक आन पुकार करी, ते जंबुक नाम गिदड़ दा है, पहाड़ां विचों गिदड़ वी निकल आए ते उहदी बड़ी भयानक आवाज दे नाल बोलदे हन। कुकर कुकत मास अकावत, इसे तरह कुत्ते भी रोंदे पै ते मास नूं खांदे हन। रौर परियो बहुतां करी, कहण लगे इस नगर दे विच जिहदा नाम है कमलोट ते बहुत भारा रौला पै गया है। दुर्गम वास गवारन कीन, इन्हां मूर्खां ने किले विच जाके ते आकी हो गए, जिहड़े पिंड दे लोग सन ना बदमाश अपने आप नूं समझदे, जिन्हां ने संगत नूं लुटिया, पिंड विच किला बनाया सी ते किले विच बह के बैठ के जाके आकी हो गए, साडा कोई की विगाड़ लएगा, किले दे अंदर चले गए हन। तुफंगन कीर्तन मार धरी, अंदरों जाके बैठ के इन्हां ने ते बहुत गोलियां दे नाल मार बचाई है। सिंह बरे विच धामन के चैन, इधरों जेडे सिंह हन महाराज दे घरां विच जाके बैठ के मोर्चे मल ले हन। नेर करियो हत लेहे अरी, ते हौली हौली खालसा अगे अगे वधदा पिया ते किले दे नेड़े इन्हां ने पहुंच ही जाणा ते इन्हां नूं कढ कढ के फिर सजा देणी। श्री गुरु गोबिंद सिंह थिरे जह, गोबिंद सिंह महाराज इत्थे बैठे सन। सिंह गए कर जोर बखान, सिंघां ने जाके हाथ जोड़ के बेनती की, महाराज पिछे बैठे हुए सन सोहनी जगह देख के खालसे ने जाके उस वेले बेनती की है। आयस आप उचारो श्री प्रभु, खालसे ने जाके बेनती की, महाराज जी आप जी आज्ञा करो, सानू हुक्म करना करो। हेल को काल अवैर पहुन, सतगुरु जे हुक्म होवे ते किले दे उपर हमला करिए, दुश्मन नु मार देना करिए। कोट में कूद करें कटिया नहि, सतगुरु पातशाह जी तुहाडा हुक्म होवे ते इस किले दे विच जाके इन्हां दी कटा वढ कर देना करिए। नहि छोड़ेंगे इक भी जुत प्राण, आज किसे नु नहीं छड़ांगे, इन्हां दे प्राण नाश कर देंगे, पर तुहाडा हुक्म होना चाहीदा। सिंह रहे ढूक चले ढिग, सो कहन लगे उस वेले सिंह परे रिप, जेडे सिंह हन सिंह रहे रूप, सिंह जेड़े रुके हुए क्योंकि महाराज का हुक्म नहीं है किले दे उपर अजे हमला करन दा, भूक चले ढिग, सतगुरु हुक्म करो ते असी किले दे नेड़े पहुंचना करिए। आपके बाक की देर पशान है, सतगुरु तुहाडे बस हुक्म दी देर है, रात साडे वास्ते रात नहीं है, तुहाडा हुक्म होना चाहीदा, असी ते रातों रात किमले ते किले ते हमला करना करिए। श्री प्रभु धीरज दीन प्रवीण, सतगुरु अंतरजामी महाराज जिया ने धीरज दिती, कहन लगे खालसा जी कोई गल नहीं, कल नूं केरा दिन नहीं चढ़ना है ते कल नूं केरा आपां जंग नहीं करना है, रुक जाओ, रात नहीं जंग करना है, कल नूं दिन चढ़ेगा फिर जंग दा उस वेले पक वेखांगे। करे रिप दीन बरे गड जाई, ते सतगुरु पातशाह एक महाराज कहन लगे दुश्मन किले विच वड़ गया, इस वेले तुहाडा नुकसान होवेगा खालसा जी, इस करके रात दा हनेरा है, ਤੁਸੀਂ ਬੈਠ ਜਾਣਾ ਕਰੋ। ਰਾਤ ਮੈਂ ਕੋਪ ਨਾ ਬਾਦ ਕਰੋ, ਰਾਤ ਨੂੰ ਐਵੇਂ ਆਪਣਾ ਗੁੱਸਾ ਨਾ ਗਵਾਓ, ਆਪਣਾ ਜ਼ੋਰ ਨਾ ਗਵਾਓ, ਐਵੇਂ ਰਾਤ ਨੂੰ ਟੱਕਰਾਂ ਮਾਰ ਮਾਰ ਕੇ ਥਿਰ ਤਾਗਹਿ ਬੈਠੇ ਰਹੋ ਸਮਦਾਈ, ਸਤਿਗੁਰੂ ਕਹਿਣ ਲੱਗੇ ਇੱਥੇ ਚੁੱਪ ਕਰਕੇ ਬੈਠੇ ਰਹੋ ਸਾਰੇ ਜਾਣੇ, ਦੇ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਕਰਮ ਨਾ ਕਰੋ। ਓਤ ਪ੍ਰਭਾਤ ਫਤਿਹ ਕਰਿਓ, ਫਤਿਹ ਕਰਿਓ ਸਭ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦਿਨ ਚੜ੍ਹੇਗਾ ਨਾ ਖਾਲਸਾ ਜੀ, ਫਿਰ ਹਮਲਾ ਕਰਕੇ ਫਤਿਹ ਕਰਾਂਗੇ। ਦਿਹੋ ਨਾਸ ਨਹਿ ਜਾਏ ਪਲਾਈ, ਤੇ ਫਿਰ ਸਭ ਹੂੰ ਦਿਹੋ ਨਾਸ, ਸਾਰਿਆਂ ਨੂੰ ਨਾਸ ਕਰ ਦਿਆਂਗੇ, ਕੋਈ ਵੀ ਭੱਜਣ ਨਹੀਂ ਦੇਵਾਂਗੇ। ਮੂਡਨ ਸੰਗਤ ਛੀਨ ਲਈ, ਸੋ ਇਹ ਜਿਹੜੇ ਮੂਰਖ ਹਨ ਇਹਨਾਂ ਨੇ ਸਾਡੀ ਸੰਗਤ ਨੂੰ ਲੁੱਟਿਆ, ਸਤਿਗੁਰਾਂ ਦਾ ਕਿਸੇ ਪਿੰਡ ਦੇ ਨਾਲ ਜਾਂ ਕਿਸੇ ਜਾਤੀ ਦੇ ਨਾਲ ਜਾਂ ਕਿਸੇ ਧਰਮ ਦੇ ਨਾਲ ਕੋਈ ਵੈਰ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 14 ਜੰਗ ਨੇ, ਗੁਰੂ ਹਰਗੋਬਿੰਦ ਮਹਾਰਾਜ ਦੇ 4 ਜੰਗ ਨੇ, 14 ਜੰਗਾਂ ਦਾ ਜਾਂ 4 ਜੰਗਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਕਿਸੇ ਧਰਮ ਦੇ ਨਾਲ ਜਾਂ ਕਿਸੇ ਖਾਸ ਵਿਅਕਤੀ ਦੇ ਨਾਲ ਕੋਈ ਵੈਰ ਨਹੀਂ ਹੈ, ਪਰ ਜਿਸ ਨੇ ਕੋਈ ਬੁਰਾ ਕਰਮ ਕੀਤਾ ਉਹਨੂੰ ਸਜ਼ਾ ਜ਼ਰੂਰ ਦਿੱਤੀ ਹੈ।
सतगुरु कहन लगे असी इन्हां पिंड वालियां नूं कुछ नहीं सी कहना, पर इन्हां ने साडी संगत नूं लुटिया, साडी संगत नूं माड़ा वचन बोलिया है। तिस को पलटा हमले अब पाई, ते सतगुरु कहिंदे इहदा बदला असी जरूर लवांगे। जिहड़ा साडी संगत नूं तंग करेगा, संगत नूं लुटेगा, संगत नूं माड़ा वचन बोलेगा, उहदे कोलों बदला जरूर लैणा। आलम सिंह उदय सिंह आदक, भाई आलम सिंह ते भाई उदय सिंह जिहड़े सिख हन, फिर कहियो प्रभ सो कर जोरे। उस वेले भाई उदय सिंह ने हाथ जोड़े, महाराज एक बेनती मैं होर करनी चाहुंदा। सतगुरां ने रोकिया ना, रात नूं नहीं किले ते हमला करन। ਇਹ ਬਚਨ ਸੁਣ ਕੇ ਭਾਈ ਉਦੈ ਸਿੰਘ ਨੇ ਹੱਥ ਜੋੜ ਕੇ ਫਿਰ ਬਚਨ ਆਖਿਆ, ਰਾਤ ਹੀ ਮੈਂ ਰਿਪ ਕਾਤਨ ਦਿਓ, ਮਹਾਰਾਜ ਸਾਨੂੰ ਆਗਿਆ ਦਿਓ, ਸਾਨੂੰ ਰਾਤ ਵੀ ਦੇਣੀ ਲੱਗਦਾ ਹੈ, ਤੁਸੀਂ ਆਗਿਆ ਦਿਓ, ਅਸੀਂ ਰਾਤੋਂ ਰਾਤ ਇਹਨਾਂ ਨੂੰ ਨਸ਼ਟ ਕਰ ਦਿਆਂਗੇ, ਖਤਮ ਕਰ ਦਿਆਂਗੇ। ਮਹਾਰਾਜ ਸਾਡੇ ਵਾਸਤੇ ਰਾਤ ਦਿਨ ਦਾ ਕੋਈ ਫਰਕ ਨਹੀਂ ਹੈ। ਨਿਪਾਤ ਕਰੇ ਸ਼ਿਨ ਮੈਂ ਸਭ ਟੂਰੇ, ਤੇ ਸਤਿਗੁਰੂ ਪਾਤਸ਼ਾਹ ਰਾਤ ਨੂੰ ਅਸੀਂ ਲੱਭ ਲੱਭ ਕੇ ਇਹਨਾਂ ਨੂੰ ਨਸ਼ਟ ਕਰ ਦਿਆਂਗੇ, ਖਤਮ ਕਰ ਦਿਆਂਗੇ, ਆਪ ਜੀ ਹੁਕਮ ਦੇਣਾ ਕਰੋ। ਭਾਜ ਨਾ ਚਾਹੇ ਕਿ ਆਏ ਸਹਾਇਕ, ਮਹਾਰਾਜ ਇਹ ਨਾ ਹੋਵੇ ਰਾਤ ਨੂੰ ਇਹ ਭਾਜੀ ਜਾਣ, ਆਪਾਂ ਬੈਠ ਦਈਏ ਵੀ ਚੱਲ ਸਵੇਰੇ ਲੜਨਾ, ਤੇ ਰਾਤ ਨੂੰ ਇਹ ਕਿਲੇ ਵਿੱਚੋਂ ਨਿਕਲ ਜਾਣ, ਭਾਜੀ ਜਾਣ, ਤੇ ਫਿਰ ਲੜਾਂਗੇ ਕਿਵੇਂ। ਤੇ ਦੂਜੀ ਗੱਲ ਇਹ ਹੈ ਮਹਾਰਾਜ, ਵੀ ਹੋ ਸਕਦਾ ਇਹਨਾਂ ਦੇ ਕੋਈ ਹੋਰ ਵੀ ਇਸ ਤਰ੍ਹਾਂ ਦੇ ਲੋਕ ਹੋਣ, ਕੱਲ੍ਹ ਨੂੰ ਮੰਨ ਲਓ ਬੰਦੀ ਬੁਲਾ ਲੈਣ, ਕੋਈ ਹੋਰ 500-700 ਬੰਦਾ, ਕੋਈ 1000 ਬੰਦਾ ਕਿਸੇ ਬੰਨਿਓ ਇਹਨਾਂ ਦੀ ਮਦਦ ਵਾਸਤੇ ਆ ਜਾਵੇ, ਫਿਰ ਕੰਮ ਹੋਰ ਔਖਾ ਹੋਵੇਗਾ। ਇਸ ਕਰਕੇ ਇਹਨਾਂ ਨੂੰ ਟਾਈਮ ਨਹੀਂ ਦੇਣਾ ਚਾਹੀਦਾ ਹੈ। ਮਹਾਰਾਜ ਰਾਤੋ ਰਾਤ ਮਾਰ ਲੈਣਾ ਕਰੀਏ, ਉਹ ਕਰ ਘਾਤ ਨਾ ਜਾਵੇਂ ਸ਼ੋਰੇ, ਤੇ ਮਹਾਰਾਜ ਇਹਨਾਂ ਦਾ ਕੀ ਪਤਾ ਹੈ ਵੀ ਆਪਣੇ ਨਾਲ ਕੋਈ ਇਹ ਬਲਸ਼ਾਲੀ ਕਰ ਜਾਣ, ਧੋਖਾ ਕਰ ਜਾਣ, ਕਿਉਂਕਿ ਪਿੰਡ ਇਹਨਾਂ ਦਾ, ਲੋਕ ਇਹਨਾਂ ਦੇ ਨੇ, ਗਲੀਆਂ ਬਾਜ਼ਾਰ ਰਸਤੇ ਸਾਰੇ ਇਹਨਾਂ ਨੂੰ ਪਤਾ, ਆਪਾਂ ਬਾਹਰੋਂ ਆਏ ਹਾਂ, ਸਤਿਗੁਰੂ ਰਾਤ ਨੂੰ ਇੱਥੇ ਬੈਠੇ ਰਵਾਂਗੇ, ਦਿਨ ਦੀ ਉਡੀਕ ਕਰਾਂਗੇ, ਆਪਣਾ ਨੁਕਸਾਨ ਕਰ ਸਕਦੇ, ਇਹਨਾਂ ਨੂੰ ਇੰਨਾ ਟਾਈਮ ਨਹੀਂ ਦੇਣਾ ਚਾਹੀਦਾ। ਹੋਵੇ ਇਤਿਆਦਿਕ ਵਿਘਨ ਘਨੇ ਅਬ, ਸਤਿਗੁਰੂ ਜੀ ਇਸ ਤਰ੍ਹਾਂ ਦੇ ਕਈ ਵਿਘਨ ਜਿਹੜੇ ਹਨ ਉਹ ਪੈ ਸਕਦੇ ਹਨ। ਹੇਲ ਕੋ ਘਾਲਣ ਦਿਓ ਸੁਜੋਰੇ, ਤੇ ਸਤਿਗੁਰੂ ਹੁਕਮ ਕਰੋ ਵੀ ਅਸੀਂ ਤੇ ਹੁਣੇ ਹਮਲਾ ਕਰੀਏ, ਪਰ ਤੁਹਾਡੇ ਹੁਕਮ ਦੀ ਢੇਰ ਹੈ। ਸ਼੍ਰੀ ਕਲਗੀ ਧਰ ਸਿੰਘਨ ਕੋ ਕਹਿ, ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਉਦੈ ਸਿੰਘ ਦੇ ਬਚਨ ਸੁਣ ਕੇ ਤੇ ਪਾਤਸ਼ਾਹ ਫਿਰ ਕਹਿਣ ਲੱਗੇ ਹਨ, ਧੀਰਜ ਨਾਹੀਂ ਕਰੋ ਸਹਿਸਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ, ਨਹਿ ਕਰੋ ਸਹਿਸਾਈ, ਧੀਰਜ ਕਰੋ ਪਰ ਕਾਹਲੀ ਨਾ ਕਰੋ। ਖਾਲਸਾ ਜੀ ਕੋਈ ਗੱਲ ਨਹੀਂ ਹੈ, ਕਿਤੇ ਨਹੀਂ ਭੱਜ ਕੇ ਚਲੇ ਚੱਲੇ, ਕਾਹਲੀ ਨਾ ਕਰੋ, ਰਾਤ ਦੇ ਹਨੇਰੇ ਵਿੱਚ ਨੁਕਸਾਨ ਹੈ, ਧੀਰਜ ਰੱਖੋ, ਦਿਨ ਚੜ੍ਹੇਗਾ ਤੇ ਫਿਰ ਵੇਖਾਂਗੇ। ਚਾਰੋਂ ਓਰਨ ਘੇਰ ਘੇਰ, ਮਹਾਰਾਜ ਕਹਿਣ ਲੱਗੇ ਚਾਰ ਸਵੇਰੇ ਤੋਂ ਘੇਰਾ ਪਾ ਕੇ ਬੈਠ ਜਾਓ, ਕਿੱਧਰ ਜਾਣਗੇ? ਤੁਸੀਂ ਆਖਦੇ ਵੀ ਰਾਤੋ ਰਾਤ ਭੱਜ ਜਾਣਗੇ, ਭੱਜਣਗੇ ਤਾਂ ਜੇ ਆਪਾਂ ਕੋਈ ਰਸਤਾ ਵਿਹਲਾ ਛੱਡਣਾ, ਸਾਰੇ ਪਿੰਡ ਨੂੰ ਘੇਰਾ ਪਾ ਕੇ ਬੈਠ ਜਾਣਾ ਕਰੋ। ਸਜੋ ਰਹਿ ਰੱਖੋ ਕੀ ਤਕੜਾਈ, ਆਪਣੇ ਜ਼ੋਰ ਦੇ ਨਾਲ ਪੂਰੀ ਤਕੜਾਈ ਕਰਕੇ ਰੱਖੋ, ਮੋਰਚੇ ਲਾ ਕੇ ਇਹਨਾਂ ਨੂੰ ਬੈਠ ਜਾਣਾ ਕਰੋ। ਕਾਲ ਪੁਜਿਓ ਇਨ ਜਾਤ ਨਹੀਂ ਕਿਤੋ, ਸਤਿਗੁਰਾਂ ਨੇ ਦੂਜਾ ਬਚਨ ਕੀਤਾ, ਕਹਿਣ ਲੱਗੇ ਖਾਲਸਾ ਜੀ ਦੂਜੀ ਗੱਲ ਇਹ ਹੈ, ਇਹਨਾਂ ਦੀ ਮੌਤ ਦਾ ਸਮਾਂ ਆ ਗਿਆ, ਇਹਨਾਂ ਦੀ ਮੌਤ ਨੇ ਇਹਨਾਂ ਨੂੰ ਕਿਤੇ ਜਾਣ ਹੀ ਨਹੀਂ ਦੇਣਾ, ਕਿਉਂਕਿ ਜਦੋਂ ਮੌਤ ਆਉਂਦੀ ਹੈ ਨਾ, ਬੰਦਾ ਮੌਤ ਵੱਲ ਨੂੰ ਆਪੇ ਹੀ ਭੱਜਦਾ ਹੈ, ਮੌਤ ਤੋਂ ਪਰੇ ਨਹੀਂ ਭੱਜਦਾ, ਮੌਤ ਵੱਲ ਭੱਜਦਾ। ਖਾਲਸੇ ਨੇ ਆਖਿਆ ਮਹਾਰਾਜ ਇਹ ਭਾਜੀ ਨਾ ਜਾਣ, ਸਤਿਗੁਰੂ ਕਹਿੰਦੇ ਕਿਤੇ ਨਹੀਂ ਭੱਜਣਗੇ, ਇਹਨਾਂ ਦੀ ਮੌਤ ਆਈ ਹੈ, ਇਹਨਾਂ ਨੇ ਇੱਥੇ ਹੀ ਰਹਿਣਾ ਹੈ, ਇਹਨਾਂ ਦੀ ਮੌਤ ਨੇ ਇਹਨਾਂ ਨੂੰ ਮਾਰ ਦੇਣਾ ਹੈ। ਇੱਕ ਘਾਤ ਸੋ ਹੱਥ ਨਾ ਆਈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੋਈ ਵੀ ਦਾ ਇਹਨਾਂ ਦੇ ਹੱਥ ਨਹੀਂ ਆਏਗਾ। ਸਿੱਖਾਂ ਨੇ ਆਖਿਆ ਨਾ ਵੀ ਰਾਤ ਨੂੰ ਕੋਈ ਦਾ ਹੀ ਨਾ ਵਰਤ ਜਾਣ, ਕੋਈ ਚਲਾਕੀ ਨਾ ਇਹ ਕਰ ਜਾਣ। ਪਾਤਸ਼ਾਹ ਕਹਿਣ ਲੱਗੇ ਖਾਲਸਾ ਜੀ ਜਦੋਂ ਮੌਤ ਆਉਂਦੀ ਹੈ ਨਾ, ਸਭ ਚਲਾਕੀਆਂ, ਦਾ, ਸਿਆਣਪਾਂ, ਹੁਸ਼ਿਆਰੀਆਂ, ਚਤੁਰਾਈਆਂ ਸਭ ਧਰੀਆਂ ਧਰਾਈਆਂ ਰਹਿ ਜਾਂਦੀਆਂ। ਕੋਈ ਵੀ ਦਿਮਾਗ ਉਦੋਂ ਕੰਮ ਨਹੀਂ ਕਰਦਾ, ਕੋਈ ਵੀ ਸਿਆਣਪ ਤੋਂ ਕੰਮ ਨਹੀਂ ਕਰਦੀ ਹੈ, ਸਭ ਕੁਝ ਰੁਕ ਜਾਂਦਾ ਹੈ। ਤੁਸੀਂ ਆਖਦੇ ਹੋ ਇਹਨਾਂ ਨੇ ਭੱਜ ਜਾਣਾ, ਭੱਜਣਾ ਕਿੱਥੇ ਹੈ, ਮੌਤ ਕਦੇ ਕੋਈ ਸਿਆਣਪ ਚੱਲਣ ਨਹੀਂ ਦਿੰਦੀ ਹੈ। ਹੋਤ ਪ੍ਰਭਾਤ ਕਰੋ ਸਭ ਘਾਤ, ਜਦੋਂ ਦਿਨ ਚੜ੍ਹੇਗਾ ਫਿਰ ਇਹਨਾਂ ਦੇ ਉੱਪਰ ਹਮਲਾ ਕਰਕੇ ਨਾਸ਼ ਕਰਾਂਗੇ। ਰਹੋ ਸਾਵਧਾਨ ਇਹੀ ਭਲਿਆਈ, ਤੇ ਪਰ ਬਚਨ ਇਹ ਆ ਵੀ ਰਾਤ ਨੂੰ ਸਾਵਧਾਨ ਰਹੋ, ਤੁਸੀਂ ਨਾ ਕਿਤੇ ਸੌ ਜਾਇਓ ਵੀ ਆਪਾਂ ਵੀ ਸੌ ਚੱਲੀਏ, ਸੌ ਨਾ ਜਾਇਓ, ਰਾਤ ਨੂੰ ਚੰਗੀ ਤਰ੍ਹਾਂ ਪਹਿਰੇ ਲਾ ਕੇ ਰੱਖਣਾ ਕਰੋ। ਆਏ ਸੁਮਾਨ ਸੁਜਾਨ ਗੁਰੂ ਭੱਟ, ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਆਗਿਆ ਮੰਨ ਲਈ ਹੈ, ਕਿਉਂਕਿ ਮਹਾਰਾਜ ਦੇ ਸੂਰਮੇ ਬਹੁਤ ਜ਼ਿਆਦਾ ਸਿਆ
सियाने हन ग्राम के धाम आराम करियो। चार चपेरे फिर घेरा पा के बैठ गए आराम करन वास्ते। चार हूं ओरन घेर रखियो गढ़। कहन लगे चार चपेरे तो खालसे ने कहन लगे भी इन्हां नूं घेर के उस वेले बैठना कीता है। तीर तुफंगन हाथ धरियो अते अनेक तरह दे कहन लगे भी तीर ते तलवारां चलन वास्ते तैयार करके रखियां हन। अंतर ते गुलकां गन मारत कहन लगे भी ये जेहड़े लोग किले दे विच वड़े ने अंदरों बहुत ज्यादियां गोलियां ते तीर चलाउंदे हन। जात है बाद ना कोई मरियो पर इन्हां दीआं गोलियां व्यर्थ ही तुरे तुरियां जांदियां ने। कोई भी इन्हां कोलों मरिया नहीं अंदरों कदे कदे गोली चला छड़दे किले दे विचों पर जेड़ी गोली अंदरों बाहर आउंदी है व्यर्थ ही जांदी है किसे काम नहीं आउंदी है। राखत देकर या प्रभु बिन क्योंकि सतगुरु पातशाह महाराज ही राखत देकर आप प्रभु सतगुरु आप रखदे हाथ दे के सिर उपर ठाडा गुरसूरा पूरा सतगुरु आप हाथ दे के रखदे हन। बिन काव समय दल पुंज थरियो सतगुरां दी फौज नूं कोई जख्म नहीं लगा। बिना जख्म तो सारे बड़े आराम दे नाल बैठे हुए हन। कंटक संकट पाए कनो ये जेड़े अंदर बैठे ने वैरी बड़ा ज्यादा संकट पाउंदे पे बड़ा दुख पाउंदे हन। गढ़ बीच किरे डर पावत है किले दे विच बैठे हुए ते कंबदे पे क्योंकि मौत ही उहनां नूं भी दिसदी पई है ना भी किन्ना ऊचेर अंदरों लड़ांगे असला भी मुक जाना है जोर भी घट जाना है मौत रात नहीं ते दिने आ जानी है। अंदर किले दे बैठे हुए बड़ा भारी डरदे हन। जीवन की नह आस तरह हुण इन्हां दी जीवन दी आस खत्म हो गई है। किन्ना कु गोली सिक्का पिंड वालियां ने जमा कीता होवेगा रात गोली भी चलदी रही है गोली सिक्का घटदा पिया है। किन्ना कु चिर लोके बैठे रहांगे हुण ते जीवन दी आसा भी मुक गई है। लुट ताम गए पछतावत है घर इन्हां दे लुटे गए ते हुण पछताउंदे हन। कीन कु काज महागुरु को सो कहन लगे भी ये ते असीं बड़ा माड़ा काम गुरु दे नाल कर बैठे हां तिसको फल सो दिखरावत है उस माड़े काम दा हुण सानूं फल प्राप्त हुंदा है। तीर चलावत बाद सो जावत जे असीं तीर चलाउंदे आ ते उह साडा खाली जांदा किसे काम नहीं आउंदा है। जे असीं कोई गोली चलाउंदे आ ते साडी ओह वी खाली जांदी है ओह वी किसे काम नहीं आउंदी पई। इस तरह ही किले दे विच बैठे डरदे पए ने मौत सिर ते आ गई है बचिया नहीं जाणा ते महाराज ने अपने खालसे नूं टका लिया खालसा दी जंग रात नहीं करना दिने करांगे। हुण अगले दिन खालसा किवें जंग करदा है उह आपां अगे दीवान विच सरवण करांगे। बेनती है गुरु नानक देव पातशाह दा गुरपुरब प्राप्त हो रहा कल नूं 10:30 बजे श्री अखंड पाठ साहिब दे प्रारंभता दी अरदास होनी है। दो दिन कथा दा विश्राम है दो दिन कथा नहीं होवेगी। मंगलवार शाम नूं आपां इह कथा सरवण करांगे। सो हुण दरबार दी सफाई दी सेवा होनी है संगतां नूं बेनती है बीबियां नूं भी सिंघां नूं भी बेनती है कि भाई आप सारी संगत ने दरबार दे विच झाड़ू लाउण दी सेवा चादरां विछाउण दी सेवा रमाला साहब बदलने की सेवा ये सारिया सेवावां हुण होणियां हन। आप संगतां ने सेवा करके लाहे प्राप्त करने। वाहिगुरु जी का खालसा वाहिगुरु साहिब जी। ज्ञान ध्यान किस कर्म न जाना सार न जाना तेरी